वैसे एक गल है महाराज, जे मैं गैंगस्टर गुंगस्टर ना साला, मैं कह जाना आड़ी भी माड़ी है यार। नहीं आड़ी नहीं माड़ी है ना, खड़ते हैं बंदे। मगर मैं सुनो एक गल दसदा, मन लो रब ना करे थोड़ी मौत नहीं आती, थोड़ा कतल हो गया ते मेरे तो अज लिखा लो थोड़े जत्थे चो, किसी बंदे दी इन्नी हिम्मत नहीं जाके लिखा। जे थोड़ी यारी किसी मोने बंदे ना हुई, उन्हें भोग तो पहलो गाने का सिवा भोग। 100% असि चीजा प्रत्याई। मैं इंटरव्यू हुई सी उस मूसे वाले का, उन्हें जिक्र किया पत्रकार ने, मैं क्या गा के गया सी लैन के रिवेंज आपे पिछे मेरे बहुत है, जो मैं मर गया मेरे पिछे बंदे बहुत बदला लैन गए। मैं कोई एक बंदा जिन्हें लॉरेंस नूं धमकी दित्ती, मैं मेरे ने तो उसकी कोई समझ नहीं सी, जिदे मरिया मैं लॉरेंस नूं उदे मुंडा तैनूं कोर्ट च मारांगे। साडी उहदे नाल कोई लिहाज नहीं सिद्धू मूसे वाले नाल, पर उह नजायज मारदा ਸਿੱਧੂ ਮੂਸੇ ਵਾਲੇ ਦੀ ਮੌਤ ਦਾ ਬਦਲਾ ਲਊਗਾ, ਉਹਨੂੰ 2 ਕਰੋੜ ਰੁਪਇਆ ਦਊਗਾ। ਲੈ ਲੈਨੇ ਦਿੱਤਾ, ਉਹਦੇ ਤੋਂ ਜਾਣਾ ਨੀ ਬਲਕੌਰ ਸਿੰਘ, ਨਹੀਂ ਦਿੱਤਾ ਜਾਣਾ, ਸਵਾਲ ਹੀ ਪੈਦਾ। ਤੇ ਮਹਾਰਾਜ ਲਾਰੈਂਸ ਬਿਸ਼ਨੋਈ ਨੇ ਕੰਮ ਕਰਾਇਆ ਹੈ ਨਾ ਅਸਲ ਦੇ ਵਿੱਚ ਨਾ, ਇਹ ਕੀ ਗੱਲਬਾਤ ਚੱਲਦੀ ਆਹੀ ਆ ਜਿਹੜੀ ਹੁਣ ਮੇਰੇ ਤੇ ਬੀਤ ਰਹੀ ਹੈ। ਜਿਹੜਾ ਮੂਸੇ ਵਾਲਾ ਵਾ ਇਹ ਦਵਿੰਦਰ ਬੰਬੀਹਾ ਗਰੁੱਪ ਨਾਲ ਵਰਤਦਾ ਸੀ, ਇਹਨੇ ਬੰਬੀਹਾ ਗਾਇਆ ਵੀ ਸੀ। ਜਿਹੜਾ ਦਵਿੰਦਰ ਬੰਬੀਹਾ ਸੀ ਉਹਦੇ ਗਰੁੱਪ ਦੇ ਨਾਲ ਇਹਦੀ ਸਾਂਝ ਸੀ। ਦਵਿੰਦਰ ਬੰਬੀਹੇ ਦੇ ਗਰੁੱਪ ਨੂੰ ਜੇਲ੍ਹ ਚ ਸਿੱਧੂ ਮੂਸੇ ਵਾਲਾ ਪੈਸੇ ਭੇਜਦਾ ਸੁੱਖ ਪਈ ਤੇ ਬੁੱਢੇ ਭੁੱਸੇ ਪਿੰਡ ਵਾਲੇ, ਇਹਨਾਂ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਬਾਹਰ ਵੀ ਮਣੀ ਦਿੰਦਾ ਰਿਹਾ। ਜਿਹੜਾ ਲਾਰੈਂਸ ਸੀ ਉਹ ਮੂਸੇ ਵਾਲੇ ਨੂੰ ਇਹ ਗੱਲ ਕਹਿੰਦਾ ਵੀ ਤੂੰ ਭਾਵੇਂ ਸਾਨੂੰ ਪੈਸੇ ਨਾ ਦੇ ਪਰ ਸਾਡੀ ਐਂਟੀ ਪਾਰਟੀ ਦੇ ਬੰਦਿਆਂ ਨੂੰ ਤੂੰ ਸ਼ਹਿ ਨਾ ਦੇ। ਮੂਸੇ ਵਾਲਾ ਫਸ ਗਿਆ ਸੀ ਨਾ, ਮੂਸੇ ਵਾਲੇ ਨੇ ਮੂੰਹ ਲਵਾ ਲਿਆ ਸੀ ਉਹ ਬੰਦਿਆਂ ਦਾ ਆਪਦੇ ਤੇ ਆਪਦੇ ਤੇ, ਜੇ ਉਹ ਪਿੱਛੇ ਹਟਦਾ ਸੀ ਤਾਂ ਵੀ ਮਰਦਾ, ਤਾਂ ਵੀ ਮਰਦਾ ਸੀ, ਤੇ ਜੇ ਉਹ ਨਹੀਂ ਹਟਦਾ ਸੀ ਤਾਂ ਅਸਲ ਦੇ ਵਿੱਚ ਉਹਨੂੰ ਦੋਨਾਂ ਨੂੰ ਦੇਣੇ ਚਾਹੀਦੇ। ਸਹੀ ਹੈ ਵੀ ਦੋਵਾਂ ਨੂੰ ਖੁਸ਼ ਰੱਖਦਾ, ਦੋਵਾਂ ਨੂੰ ਖੁਸ਼ ਰੱਖਦਾ ਤੇ ਦੂਜੀ ਗੱਲ ਦੋਵਾਂ ਦੇ ਪੈਸੇ ਬੰਦ ਕਰਕੇ ਉਹ 1 ਕਰੋੜ ਰੁਪਇਆ ਹੋਰ ਵਧਾ ਦਿੰਦਾ ਗੌਰਮੈਂਟ ਨੂੰ ਦਿੰਦਾ, ਤੇ ਆਪਦੇ ਨਾਲ 2 ਗੱਡੀਆਂ ਬੁਲਟ ਪਰੂਫ ਕਮਾਂਡੋ ਰੱਖਦਾ, ਫਿਰ ਵੀ ਬਚ ਜਾਂਦਾ। ਬਾਕੀ ਉਹ ਲਿਖੀ ਜਿਹੜੀ ਉਹ ਤਾਂ ਹੋਣੀ ਆ, ਪਰ ਸਲਾਹ ਹੀ ਰਹਿ ਜਾਂਦੀਆਂ ਉਹ ਆਪਾਂ ਕਰੀ ਜਾਂਦੇ ਹੁਣ। ਇਹਦੀ ਧੁਰ ਦਰਗਾਹ ਹੋਈ ਚਿੱਠੀ ਪਾਠ ਗਈ ਆ, ਉਹਨੇ ਕਿੱਥੇ ਰਹਿਣਾ ਹੁਣ। ਉਹ ਕਹਿੰਦੇ ਯਾਰ ਵੀ ਜੇ ਇਹ ਆਪਣੀ ਐਂਟੀ ਪਾਰਟੀ ਨੂੰ ਮਜ਼ਬੂਤ ਕਰਦਾ ਪਹਿਲਾਂ ਇਹਨੂੰ ਠੋਕ।